ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਤੇ ਆ ਗਏ ਵੀ ਇੱਕ ਨਵਾਂ ਜਿਹਾ ਵੀਡੀਓ ਲੈ ਕੇ, ਅਤੇ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜਿਹੜੇ ਜਿਹੜੇ ਨਵੇਂ ਆ। ਅਤੇ ਬਈ ਅੱਜ ਨਾ ਅਸੀਂ, ਕੱਲ ਸਾਡੇ ਮੀਂਹ ਆਇਆ ਅਤੇ ਅਸੀਂ ਛਟੀਆਂ ਰੱਖੜੀਆਂ ਗਏ ਭੁੱਲ, ਅਤੇ ਅੱਜ ਅਸੀਂ ਇਸ ਜਗ੍ਹਾ ਗੈਸ 'ਤੇ ਸਬਜ਼ੀ ਬਣਾਈ ਹੈ ਮੈਂ, ਅਤੇ ਹੁਣ ਅਸੀਂ ਇੱਥੇ ਬਣਾਉਂਦੇ ਹਾਂ ਰੋਟੀ। ਜਸ਼ਨ ਦੀ ਅਤੇ ਅੱਪੂ ਦੀ ਰੋਟੀ ਭੇਜਣੀ ਹੈ ਟਿੱਪਣ, ਅਤੇ ਬਈ ਅਜੇ ਲਗਨ ਗਈ ਨਹੀਂ ਕਿਉਂਕਿ ਸਾਡੇ ਫਿਰਦੇ ਜਹਾਜ਼, ਅਤੇ ਲਗਨ ਜਹਾਜ਼ ਤੋਂ ਡਰਦੀ ਹੈ, ਹੈ ਨਾ, ਡਰਦੀ ਹੈ, ਡਰਦੀ ਹੈ, ਡਰਦੀ ਕਹਿੰਦੀ ਮੈਂ ਕੰਨਾਂ ਅੱਗੇ ਉਂਗਲਾਂ ਲਾ ਲੈਣੀ ਹੈ, ਹੈ ਨਾ, ਹਾਂ ਖੜੀ ਹੋ ਕੇ ਦੱਸ। ਹਾਂ ਨਹਾਉਂਦੀ ਸੀ ਉਦੋਂ, ਤੇ ਜੇ ਸਕੂਲ 'ਚ ਸੀ ਉਦੋਂ ਡਰ ਗਈ ਸੀ ਨਾ, ਕੀ ਕਹਿੰਦੀ ਪਰੀ ਜਾ ਜਾ ਗਿਆ। ਲਓ ਵੀ ਮਿੱਤਰੋ ਮੰਜਾ ਬਣਾਉਣਾ ਕਰਤਾ ਚਾਲੂ ਮੰਮੀ ਨੇ, ਇਹਦਾ ਕੀ ਨਾਮ ਹੈ ਜਿਹੜਾ ਪਾਇਆ, ਨਹੀਂ ਜੀ ਜੀ ਹੈ ਵੀ ਇਹਦਾ ਨਾਮ, ਇਹਨੂੰ ਬਹੁਤ ਇੱਜ਼ਤ ਨਾਲ ਪੇਸ਼ ਕਰਾਉਂਦੇ ਇਹਦੇ ਨਾਲ, ਇਹਦਾ ਨਾਮ ਧਰਿਆ ਵਿਆ ਜੀ, ਪਹਿਲਾਂ ਵੀ ਇਹ ਜੀ ਪਾਇਆ ਜਾਂਦਾ, ਫਿਰ ਇਹ ਮੰਜਾ ਬਣਾਉਣ ਦੀ ਸ਼ੁਰੂਆਤ ਹੋ ਜਾਂਦੀ ਹੈ, ਅਤੇ ਇਹਦੇ ਮੰਮੀ ਹੈ ਇਹਦੀ ਹੈੱਡ ਮਾਸਟਰ, ਹੈੱਡ ਕੀ ਕਹਿੰਦੇ ਹੁੰਦੇ ਆ, ਹੈੱਡ ਹੈ ਸਮਝ ਲਓ ਵੀ ਮੰਮੀ ਨੇ ਹੀ ਬਣਾਉਣਾ, ਅਤੇ ਉਹ ਬੰਦਾ ਵੀ ਵਾਹ ਵਾਹ ਥੋੜ੍ਹੀ ਜਿਹਾ ਬਹੁਤ ਜਾਣਕਾਰੀ ਰੱਖਦਾ ਇਹ, ਇਸ ਮੰਜੇ 'ਤੇ ਬਣਾਉਣ 'ਤੇ ਵੀ ਅੱਧਾ ਪੌਣਾ ਘੰਟਾ ਘੰਟਾ ਲੱਗ ਜਾਊਗਾ ਕਿਉਂਕਿ ਇਹ ਮੰਜਾ ਵੱਡਾ ਥੋੜ੍ਹਾ ਜਿਹਾ, ਅਤੇ ਇਹਨੂੰ ਵੀ ਕੋਸੇ ਨੂੰ ਕਸਮਾ ਕਸਮਾ ਬਣਾਉਣਾ ਵੀ ਵਧੀਆ ਬਣਾਉਣਾ, ਯਾਨੀ ਕਿ ਅਤੇ ਜਿਹੜੇ ਉਹ ਮੁੱਲ ਵਾਲੇ ਬਣਾਉਂਦੇ ਹੁੰਦੇ ਆ ਉਹ ਐਵੇਂ ਖੁੱਲ੍ਹਾ ਖੁੱਲ੍ਹਾ ਬਣਾ ਦਿੰਦੇ ਆ, ਉਹ ਤਾਂ 10-15 ਮਿੰਟਾਂ 'ਚ ਵੀ ਬਣ ਜਾਂਦਾ ਢਿੱਲਾ ਜਿਹਾ, ਅਤੇ ਫਿਰ ਪੈਂਦ ਕੱਸ ਕੇ ਉਹ ਪੈਂਦ ਪੂੰਦ ਪਾਉਂਦੇ ਨਹੀਂ, ਉਦੋਂ ਬਾਅਦ ਉਹ ਬਣਾ ਦਿੰਦੇ ਆ, ਅਤੇ ਆਪਣੀ ਆਹ ਪੈਂਦ ਪੂੰਦ ਨਾਲ ਦੀ ਨਾਲ ਹੀ ਕਸੀ ਜਾਣੀ ਆ ਜਿਹੜੀ ਆਹ ਰੱਸੀ ਹੈ, ਅਤੇ ਸੰਘੇ ਟੂ ਸੰਘੇ ਪਈ ਜਾਊਗੀ ਦੌਣ, ਅਤੇ ਮੰਜਾ ਵੀ ਟੈਰ ਟੈਰ 'ਤੇ ਸੋਹਣਾ ਬਣੂਗਾ ਪੂਰਾ, ਜਿਵੇਂ ਪਿੰਡ ਦੇ ਮੰਜੇ ਹੁੰਦੇ ਆ ਢੂਈ ਨਾਲ ਲੱਗਣ ਵਾਲੇ, ਅਤੇ ਵੀ ਜਿਹੜਾ ਮੰਜੇ 'ਤੇ ਪੈਂਦਾ ਉਹਨੂੰ ਪਤਾ ਹੋਣਾ, ਜਿਹੜੇ ਹੁਣ ਬੈੱਡ 'ਤੇ ਪੈਂਦੇ ਆ ਉਹਨਾਂ ਨੂੰ ਕੀ ਪਤਾ ਹੈ ਵੀ ਮੰਜੇ ਦਾ ਕੀ ਨਜ਼ਾਰਾ। ਹਾਂ ਅਤੇ ਵੀ ਮੈਂ ਕਿਹਾ ਵੀ ਜੈਪੁਰ ਵੀ ਆ ਕੇ ਜਦੋਂ ਮੰਜੇ 'ਤੇ ਢੂਈ ਲਾਈ ਨਾ, ਅਤੇ ਨਜ਼ਾਰਾ ਆ ਗਿਆ, ਨੀਂਦ ਆਪੇ ਆ ਗਈ, ਅਤੇ ਫਿਰ ਮੈਨੂੰ ਰੇਲ ਗੱਡੀ 'ਚ ਨੀਂਦ ਨਹੀਂ ਆਈ, ਗੁਰ 'ਚ ਉਹੀ ਗੱਲ ਆ ਵੀ ਮੰਜਾ ਹੁਣ ਜਿਹੜਾ ਮੰਜੇ ਵਾਲੀ ਫੀਲਿੰਗ, ਅਤੇ ਇਹਨੂੰ ਹਿੰਦੀ 'ਚ ਚਾਰ ਪਾਈ ਕਹਿੰਦੇ, ਅਤੇ ਵੀ ਹੁਣ ਇਹ 'ਚ ਆ ਗਏ ਵਲ, ਅਤੇ ਮੰਮੀ ਇਹਨਾਂ ਨੂੰ ਕਹਿੰਦੀ ਹੈ ਸਾਲ, ਅਤੇ ਹੁਣ ਬਾਈ ਜੀ ਪੁੱਠਾ ਘੁਮਾਏਗਾ ਵਲ ਨਿਕਲਿੰਗ, ਅਤੇ ਨਵਾਰ ਸਿੱਧਾ ਹੋਇੰਗ, ਹੋਰ ਵੀ ਪਾਪਾ ਸਾਡਾ ਬਾਹਰ ਨੂੰ ਭੱਜੀ ਜਾਂਦਾ, ਪਤਾ ਨਹੀਂ ਕੀ ਹੈ ਬਾਹਰ ਨੂੰ, ਅਸੀਂ ਤਾਂ ਬਾਹਰ ਨੂੰ ਜਾਂਦੇ ਹਾਂ, ਸਾਡੇ ਨਾਲ ਕੋਈ ਬੰਦਾ ਹੀ ਨਹੀਂ ਬੋਲਦਾ। ਪਾਪਾ ਜੀ ਟੱਪ ਗਿਆ ਬਈ, ਹੌਲੀ ਇੱਕ ਦਿਨੇ ਕੁੰਡਾ ਲਾ ਜਾਂਦਾ ਪੁੱਠਾ, ਅਤੇ ਟੱਪ ਜਾਂਦਾ ਬਈ, ਇੱਧਰਲੇ ਪਾਸੇ ਆ ਗਿਆ, ਨਹੀਂ ਕੋਈ ਬੋਲਚਾਲ ਹੀ ਹੈ ਨਹੀਂ ਇੱਧਰ ਤਾਂ, ਹਾਂ ਕਿਸੇ ਪਾਸੇ ਤਾਂ ਟੱਪ ਗਿਆ ਬਈ, ਹੈਂ
ਲਓ ਵੀ 10-15 ਮਿੰਟ ਹੋ ਗਏ, ਮੈਂ ਤੁਹਾਨੂੰ ਕਹਿੰਦਾ ਸੀ ਵੀ ਡੂਢ ਘੰਟਾ ਲੱਗੂਗਾ, ਘੰਟਾ ਲੱਗੂਗਾ, ਇਹ 10-15 ਮਿੰਟਾਂ 'ਚ ਅੱਧਾ ਹੋ ਗਿਆ ਸਮਝ ਲਓ, ਥੋੜ੍ਹਾ ਜਿਹਾ ਰਿਹਾ ਵੀ, 3-4 ਜਾਣੇ ਲੱਗੇ ਆ, ਪਰੀ ਨਹੀਂ ਲੱਗੀ, ਇੱਕ ਪਰੀ ਦੂਰ ਬੈਠੀ ਹੈ ਖੜੀ ਹੈ, ਅਤੇ ਲਗਨੀ ਡੈਡੀ ਮੰਮੀ ਅਤੇ ਬਾਈ ਜੀ ਸਾਰੇ ਲੱਗ ਪਏ, ਅਤੇ ਮੰਜਾ ਲੈ ਗਏ ਨੇੜੇ, ਬਸ 5-7 ਮਿੰਟਾਂ ਦੀ ਗੱਲ ਆ ਹੁਣ, 15 ਕੁ ਮਿੰਟ ਹੋਏ ਹੈ, ਉਂਗਲਾਂ ਉਂਗਲ ਪਰੇ ਕਰ, ਅਤੇ ਵੀ ਇੱਕ ਗੋਲਾ ਖਤਮ ਹੋ ਗਿਆ, ਹੁਣ ਦੂਜੇ ਗੋਲੇ ਨਾਲ ਵੈਲਡਿੰਗ ਹੋਊਗਾ, ਯਾਨੀ ਕਿ ਸੂਈ ਨਾਲ ਤਾਗਾ ਲਾ ਕੇ ਅਤੇ ਟਾਂਕਾ, ਹਾਂ ਸਿਉਂ ਕੇ ਵਿਖਾਉਂਦੇ ਹਾਂ ਫਿਰ, ਟਾਈਮ ਹਜੇ ਵੀ 15 ਮਿੰਟ ਹੋਰ ਹੋ ਗਏ ਪਹਿਲਾਂ ਵਾਲੀ ਗੱਲ ਤੋਂ, ਅਤੇ ਮੰਜਾ ਲਗਭਗ ਬੁਣਿਆ ਗਿਆ, ਟਾਈਮ 11 ਵੱਜਣ 'ਚ 5-7 ਮਿੰਟ ਰਹਿ ਗਏ, ਅਤੇ ਚਾਹ ਦਾ ਗੇ, ਹਾਂ ਚਾਹ ਟੀ ਟਾਈਮ ਹੋ ਗਿਆ ਵੀ ਚਾਹ ਦਾ, ਅਤੇ ਚਾਹ ਬਣ ਕੇ ਆ ਗਈ ਟੀ ਟਾਈਮ, ਮੈਨੂੰ ਸੁਣਿਆ ਵੀ ਕੀ ਟਾਈਮ, ਅਤੇ ਮੰਜਾ ਵੀ ਥੋੜ੍ਹਾ ਜਿਹਾ ਰਹਿ ਗਿਆ, 10-15 ਮਿੰਟ ਹੋ ਗਏ, ਅਤੇ ਪੈਦ ਵੀ ਪੂਰੀ ਪਈ ਜਾਂਦੀ ਹੈ, ਅਤੇ ਬੰਦੇ ਲੱਗੇ ਖੜੇ ਆ ਸਾਲ ਸੂਲ ਕੱਢਣ, ਲਓ ਵੀ ਹੋ ਗਿਆ ਐਂਡ, ਬਣ ਗਿਆ ਮੰਜਾ, ਇਹਨੇ ਛਾਂ ਲੈ ਰੱਖੀ ਸੀ ਮੰਜੇ ਨੇ ਮੇਰੀ, ਕੋਈ ਆਉਂਦਾ ਮੈਨੂੰ ਸ਼ਰਮ ਆਇਆ ਕਰਦੀ ਵੀ ਅਗਲਾ ਦੇਖਣ ਵਾਲਾ ਕੀ ਕਹੂਗਾ, ਬਾਹਰ ਵੀ ਥੋੜ੍ਹੇ ਥੋੜ੍ਹੇ ਬੱਦਲ ਹੋ ਗਏ, ਸਾਡੇ ਹਰ ਰੋਜ਼ ਦੁਪਹਿਰੇ ਪਾਣੀ ਛਿੜਕ ਕੇ ਜਾਂਦਾ ਰੱਬ, ਮੀਂਹ ਤਾਂ ਆਉਂਦਾ ਨਹੀਂ, ਪਾਣੀ ਛਿੜਕ ਜਾਂਦਾ, ਟਪਾ ਦੇ, ਆਹ ਜਿਹੜਾ ਟੋਟਾ ਲੌਂਕਦਾ ਇਹਦੇ ਨਾਲ ਗੰਢ ਬੰਨਾਂਗੇ ਫਿਰ ਇਹਦੀ, ਅਤੇ ਹੋ ਜੂਗਾ ਐਂਡ, ਅਜੇ ਵੀ 12 ਨਹੀਂ ਵੱਜੇ, ਅਤੇ ਸਾਰੇ ਕੱਪੜੇ ਕੱਢ ਕੱਢ ਧੋਤੇ, ਇੱਕ ਮੰਜਾ ਬਣਾਤਾ ਅਤੇ ਦੂਜੇ ਨੂੰ ਹੋ ਗਏ ਸ਼ੁਰੂ, ਤੁਹਾਨੂੰ ਮੈਂ ਦਿਖਾਉਂਦੀ ਹਾਂ ਟਾਈਮ, ਇਸ ਟਾਈਮ ਹੀ ਛੋਟਾ ਹੁੰਦਾ, ਦੇਖੋ 11:50 ਹੋਏ ਹਜੇ, 11:50 ਹੁੰਦੇ ਨੂੰ ਸਾਰਾ ਕੰਮ ਕਰਤਾ ਸੀ, ਵੀ ਅੱਜ ਅਸੀਂ ਲਾਏ ਮਿਸਤਰੀ ਅਤੇ ਖਿੜਕੀਆਂ ਲਾ ਤੀਆਂ, ਆਹ ਪਈ ਹੈ ਟਿੰਡ ਫੜੀ ਗੰਦ ਪਾ ਕੇ ਨੀਰਾ, ਮੈਂ ਪੋਚਾ ਲਾਇਆ ਸੀ ਅੱਜ ਹੀ ਤਾਂ ਲਾਇਆ ਸੀ ਮੈਂ ਪਹਿਲਾਂ ਪੋਚਾ, ਅਤੇ ਅੱਜ ਹੀ ਸਾਰੀ ਲਗਨ, ਹਾਂ ਆ ਰਿਹਾ ਜਸ਼ਨ, ਆ ਰਿਹਾ ਅੱਪੂ, ਪਰੀ ਮੇਰੇ ਹੱਥ ਨੂੰ ਧੱਕੇਗਾ ਤੂੰ ਮਾਰਦੀ, ਚੈਨਲ ਨੂੰ ਕਰ ਲੋ ਸਬਸਕ੍ਰਾਈਬ, ਚੈਨਲ ਕਰ ਲੋ ਸਬਸਕ੍ਰਾਈਬ, ਕੱਲ ਨੂੰ ਮਿਲਾਂਗੇ ਨਵੇਂ ਬਲੌਗ, ਸਾਰੇ ਪੁਰਾਣੇ ਬਲੌਗ ਬਲੌਗ ਦੇ ਵਿੱਚ, ਹੁਣ ਬੋਲ ਬੋਲ, ਆਵਾਜ਼ ਬੰਦ ਕਰ, ਬੋਲ ਮੰਮੀ, ਹਜੇ ਨਹੀਂ ਬੋਲਣਾ, ਹਜੇ ਤਾਂ ਵੀਡੀਓ ਬਣਾਵਾਂਗੇ, ਹੋਰ ਤੂੰ ਬੋਲ, ਮੰਮੀ ਤੂੰ ਬੋਲ, ਇੱਕ ਵਾਰੀ ਤੂੰ ਬੋਲ, ਮੈਨੂੰ ਬੋਲਣਾ ਹੀ ਨਹੀਂ ਆਉਂਦਾ, ਤੂੰ ਹੀ ਬੋਲ, ਆਦੇ ਕਾਕੇ ਨੇ ਲਾਇਕ ਛੇ, ਲਾਇਕ ਸ਼ੇਅਰ ਕਮੈਂਟ ਕਰ ਲੋ, ਹੋਰ ਹੋਰ ਚੈਨਲ ਨੂੰ ਵੀਡੀਓ ਦੇਖ ਲੋ, ਹੋਰ ਹੋਰ ਸਾਰੇ ਬਲੌਗ ਜਾ ਕੇ ਦੇਖ ਲੋ, ਅੱਛਾ ਬਾਏ ਬਾਏ।
ਸਾਡੇ ਵੀ ਅੱਜ 2 ਵਜੇ ਦੀ 2 ਵਜਣ ਤੋਂ ਪਹਿਲਾਂ ਦੀ ਲਾਈਟ ਗਈ ਵੀ ਹੈ ਅਤੇ ਸ਼ਾਮ ਦੇ 7:15 ਹੋ ਗਏ ਅਸੀਂ ਰੋਟੀਆਂ ਖਾ ਲਈਆਂ ਅਤੇ ਲਾਈਟ ਵੀ ਹਜੇ ਨਹੀਂ ਆਈ ਪਰੇ ਲੈ ਜਾ ਅਤੇ ਲਾਈਟ ਵੀ ਹਜੇ ਨਹੀਂ ਆਈ ਅਤੇ ਅਸੀਂ ਲੱਡੂ ਗੋਪਾਲ ਕੋਲ ਆਇਆ ਪਾਵਰ ਬੈਂਕ 'ਚ ਐਵੇਂ ਕੂਲਰ ਲਾ ਰੱਖਿਆ ਛੋਟਾ ਅਤੇ ਇਹਨੂੰ ਲਗਾਤਾਰ 5-5.5 ਘੰਟੇ ਹੋ ਗਏ ਚੱਲਦੇ ਨੂੰ 7:30 ਹੋਏ ਅਤੇ ਅਸੀਂ ਆ ਗਏ ਛੱਤ 'ਤੇ ਅਤੇ ਅਸੀਂ ਹੁਣ ਵੀਡੀਓ ਨੂੰ ਐਂਡ ਨਹੀਂ ਕਰਦੇ ਵੀਡੀਓ ਨੂੰ ਐਂਡ ਕਰਾਂਗੇ ਸਵੇਰੇ ਕਿਉਂਕਿ ਸਵੇਰੇ ਅੱਪੂ ਅਤੇ ਜਸ਼ਨ ਜਾਣਗੇ ਕਿਵੇਂ 15 ਅਗਸਤ ਹੈ ਸੁਤੰਤਰ ਦਿਵਸ ਅਤੇ ਸੁਤੰਤਰ ਦਿਵਸ ਦੀ ਸਾਰਿਆਂ ਨੂੰ ਢੇਰ ਸਾਰੀਆਂ ਵਧਾਈਆਂ ਤੜਕੇ ਵਾਸਤੇ ਅਤੇ ਕੱਲ੍ਹ ਨੂੰ ਸੁਬਹਾ ਫਿਰ ਵਧਾਈ ਦੇ ਦਿਆਂਗੇ ਵੀ ਤੁਹਾਨੂੰ ਅਤੇ ਨਾਲੇ ਕੱਲ੍ਹ ਜਿਹੜਾ ਵਲੋਗ ਬਣੂੰਗਾ ਇਸ ਤੋਂ ਬਾਅਦ ਉਸ ਦੇ ਵਿੱਚ ਇੱਕ ਰੈਸਪੀ ਆਊਗੀ ਸੁਤੰਤਰ ਦਿਵਸ 'ਤੇ ਖਾਸ ਕਰਕੇ ਵੀ ਜਸ਼ਨ 'ਤੇ ਅੱਪੂ ਜਾਂਦੇ ਆ ਸਕੂਲ ਪਹਿਲਾਂ ਤੜਕੇ ਉੱਠ ਕੇ 5 ਵਜੇ ਇਹਨਾਂ ਦੀਆਂ ਡਰੈੱਸਾਂ ਪ੍ਰੈੱਸ ਕਰੀਆਂ ਸਿੱਧੀਆਂ ਹੀ ਉੱਠ ਕੇ ਇਹਨਾਂ ਨੂੰ ਲਾਇਆ ਪ੍ਰੈੱਸ ਨੂੰ ਫਿਰ ਪੀਤੀ ਚਾਹ ਹੁਣ ਬੁੱਕਰਬਾਰੀ ਕਰਕੇ ਆਪ ਨਹਾ ਨੂੰ ਕੇ ਇਹਨਾਂ ਦੇ ਨਾਲ ਨੂੰ ਤਿਆਰ ਹੋ ਗਈ ਇਹ ਤਾਂ ਕਹਿੰਦੇ ਅਸੀਂ ਤਾਂ ਬਸ 4 ਵਜੇ ਹੀ ਜਾਣਾ ਸਕੂਲ ਅਤੇ ਚਲੋ ਵੀ ਅੱਜ ਦੇ ਵੀਡੀਓ ਨੂੰ ਕਰਦੇ ਹਾਂ ਐਂਡ ਲਾਈਕ ਸ਼ੇਅਰ ਕਮੈਂਟ ਅਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜਿਹੜੇ ਨਵੇਂ ਆ ਅਤੇ ਪੁਰਾਣੇ ਨਵੇਂ ਸਾਰੇ ਕਰ ਲਿਓ ਕਮੈਂਟ ਅਤੇ ਅੱਜ ਦੀ ਮੰਨਿਓ ਰਾਮ ਰਾਮ ਬਾਏ 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 ਕਰੀ ਕਿੱਥੇ ਹੈ ਕਰੀ ਬਾਏ ਬਾਏ ਕਰਦੇ ਠੀਕ ਹੈ ਤੂੰ ਆ ਤੈਨੂੰ ਲੈ ਕੇ ਗਏ ਜਾਵੜ 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 ਪਰੀ ਰੋ ਪੀ ਵੀ ਪਰੀ ਕਹਿੰਦੀ ਮੈਨੂੰ ਨਹੀਂ ਲੈ ਕੇ ਜਾਂਦੇ